ਪੰਜਾਬ ਭਰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਚੋਣ ਪ੍ਰਚਾਰ ਦਾ ਅਖਾੜਾ ਪੂਰੀ ਤਰ੍ਹਾਂ ਮੱਘ ਚੁੱਕਾ ਹੈ ਅਤੇ ਉਮੀਦਵਾਰਾਂ ਵੱਲੋਂ ਪਿੰਡਾਂ ਤੇ ਸਮਰਥਕਾਂ ਨੂੰ ਨਾਲ ਲੈ ਕੇ ਵੋਟਰਾਂ ਤੱਕ ਪਹੁੰਚ ਕਰਕੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਓ ਦੇਖਦੇ ਹਾਂ ਕਿ ਜਦੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਸੋਤਾ ਵੱਲੋਂ ਲੋਕਾਂ ਤੱਕ ਪਹੁੰਚ ਕੀਤੀ ਗਈ ਤਾਂ ਲੋਕਾਂ ਦਾ ਕੀ ਰੁਝਾਨ ਦਿਖ ਰਿਹਾ ਹੈ। ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਇਸ ਲਈ ਬਿਲਕੁਲ ਗਰਮਾ ਚੁੱਕਾ ਹੈਗਾ। ਸਾਰੇ ਉਮੀਦਵਾਰਾਂ ਦੇ ਵੱਲੋਂ ਆਪਣੇ ਵੋਟਰਾਂ ਦੇ ਸਪੋਰਟਰਾਂ ਨਾਲ ਲੈ ਕੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਤੇ ਕਸਬਿਆਂ ਦੇ ਅੰਦਰ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ, ਯਤਨ ਕੀਤੇ ਜਾ ਰਹੇ, ਉਹਨਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਇਸ ਵੇਲੇ ਮੇਰੇ ਨਾਲ ਨੇ ਭੈਣ ਜੀ ਅਪਰਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮੈਡਮ ਗੁਰਪ੍ਰੀਤ ਕੌਰ ਸਹੋਤਾ ਜੀ। ਆਓ ਪੁੱਛਦੇ ਹਾਂ ਉਹਨਾਂ ਨੂੰ ਇਹ ਇਲਾਕੇ ਦੇ ਵਿੱਚ ਜਦੋਂ ਜਾਂਦੇ ਨੇ ਤੇ ਇਲਾਕੇ ਦਾ ਕੀ ਮਾਹੌਲ ਹੈਗਾ। ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ। ਜਿਵੇਂ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਔਰਤ ਨੂੰ 50% ਹਿੱਸੇਦਾਰੀ ਦਿੱਤੀ ਹੈ, ਇਹਦੇ ਲਈ ਤੁਸੀਂ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ? ਹਾਂਜੀ, ਮੈਂ ਪਹਿਲਾਂ ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੋ ਕਿ ਉਹਨਾਂ ਨੇ ਸਾਨੂੰ ਭੈਣਾਂ ਨੂੰ, ਔਰਤਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਮੈਨੂੰ ਇਸ ਗੱਲ ਤੇ ਬਹੁਤ ਮਾਣ ਹੈ ਤੇ ਬਹੁਤ ਹੀ ਖੁਸ਼ੀ ਹੈ ਤਾਂ ਕਿ ਅਸੀਂ ਔਰਤਾਂ ਅੱਗੇ ਵੱਧ ਕੇ ਆਪਣੇ ਹੱਕਾਂ ਲਈ ਸਰਕਾਰ ਤੋਂ ਮੰਗ ਕਰ ਸਕਦੀਆਂ ਆ ਤੇ ਆਪਣੇ ਹੱਕਾਂ ਲਈ ਲੜ ਵੀ ਸਕਦੇ ਆ। ਮੈਡਮ ਜੀ, ਜਿਵੇਂ ਪੰਜਾਬ ਸਰਕਾਰ ਨੇ ਔਰਤ ਨੂੰ 50% ਹਿੱਸੇਦਾਰੀ ਦਿੱਤੀ ਹੈ ਰਾਜਨੀਤੀ ਦੇ ਵਿੱਚ, ਜਿਵੇਂ ਤੁਹਾਨੂੰ ਮੌਕਾ ਮਿਲਿਆ, ਹੋਰ ਵੀ ਭੈਣਾਂ ਹੈਗੀਆਂ ਨੇ, ਤੇ ਇਹਦੇ ਲਈ ਕਿੰਨੀ ਖੁਸ਼ੀ ਮਹਿਸੂਸ ਕਰਦੇ ਤੁਸੀਂ? ਹਾਂਜੀ, ਮੈਨੂੰ ਬਹੁਤ ਖੁਸ਼ੀ ਹੈ ਤਾਂ ਕਿ ਮੈਂ ਨੇ ਬਾਕੀ ਔਰਤਾਂ ਵੀ ਅੱਗੇ ਵਧਣ ਦੀਆਂ, ਉਹਨਾਂ ਨੂੰ ਵੀ ਮੌਕਾ ਮਿਲਿਆ ਹੈ, ਉਹ ਵੀ ਚਾਰ ਦੀਵਾਰੀ ਤੋਂ ਬਾਹਰ ਨਿਕਲਣ ਦਾ ਉਹਨਾਂ ਨੂੰ ਮੌਕਾ ਮਿਲਿਆ, ਆਪਣੇ ਅਧਿਕਾਰਾਂ ਨੂੰ ਲੈਣ ਦਾ ਸਰਕਾਰ ਤੋਂ ਮੌਕਾ ਮਿਲਿਆ ਹੈ। ਸਾਨੂੰ ਬਹੁਤ ਹੀ ਖੁਸ਼ੀ ਹੈ ਤੇ ਬਹੁਤ ਹੀ ਅਸੀਂ ਧੰਨਵਾਦ ਕਰਦੇ ਹਾਂ ਕਾਂਗਰਸ ਸਰਕਾਰ ਦਾ। ਮੈਡਮ ਜੀ, ਜਿਵੇਂ ਅੱਜ ਤੱਕ ਬਹੁਤ ਸਾਰਾ ਅਸੀਂ ਦੇਖਣ ਦੇ ਵਿੱਚ ਆ ਰਹੇ, ਜਿਹੜੀਆਂ ਔਰਤਾਂ ਪੰਚ, ਸਰਪੰਚ ਜਾਂ ਹੋਰ ਅਹੁਦਿਆਂ ਤੇ ਬੈਠੀਆਂ ਹੁੰਦੀਆਂ, ਉਹਨਾਂ ਦੀ ਜਿਹੜੀ ਮੋਹਰ ਹੁੰਦੀ ਆ ਉਹਨਾਂ ਦੇ ਘਰ ਵਾਲੇ ਕੋਲ ਜਾਂ ਉਹਨਾਂ ਦੇ ਪਰਿਵਾਰ ਕੋਲ ਜਾਂ ਕਿਸੇ ਜੈਂਟਸ ਆਦਮੀ ਦੇ ਕੋਲ ਹੁੰਦੀ ਆ। ਤੁਸੀਂ ਇਹਦੇ ਲਈ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਜਿੱਤਣ ਤੋਂ ਬਾਅਦ ਜਿਹੜੀ ਤੁਹਾਡੀ ਪਾਵਰ ਜਿਹੜੀ ਹੈ ਉਹ ਤੁਸੀਂ ਆਪ ਵਰਤੋਗੇ ਜਾਂ ਘਰ ਦੇ ਤੁਹਾਡੇ ਹਸਬੈਂਡ ਜਾਂ ਹੋਰ ਕੋਈ ਜੀ ਵਰਤੇਗਾ? ਹਾਂਜੀ, ਮੈਂ ਇਸ ਬਾਰੇ ਇਹੀ ਕਹਿਣਾ ਚਾਹੁੰਦਾ, ਮੈਂ ਖੁਦ ਲੜਾਂਗੀ ਆਪਣੀਆਂ ਭੈਣਾਂ ਲਈ, ਕੋਈ ਮੋਰ ਕਿਸੇ ਜੈਂਟਸ ਕੋ ਨਹੀਂ। ਜਦ ਮੈਂ ਖੁਦ ਆਪ ਅੱਗੇ ਹੋਈ ਆ ਤੇ ਇਸੇ ਤਰ੍ਹਾਂ ਤੁਹਾਡੀ ਭੈਣ ਅੱਗੇ ਵੀ ਖੁਦ ਆਪ ਅੱਗੇ ਹੋਗੀ, ਆਪ ਮੋਹਰਾਂ ਲਗਾਏਗੀ, ਆਪ ਹੀ ਹਰ ਕਾਨੂੰਨ ਨਾਲ ਹਰ ਇੱਕ ਭੈਣ ਨਾਲ ਅੱਗੇ ਵਧੇਗੀ, ਅੱਗੇ ਚੱਲੇਗੀ। ਮੈਡਮ ਜੀ, ਜਦੋਂ ਤੁਸੀਂ ਲੋਕਾਂ ਦੇ ਕੋਲ ਜਾ ਰਹੇ ਹੋ ਅਪੀਲ ਕਰਨ ਦੇ ਵਾਸਤੇ ਕਿ ਵੋਟਾਂ ਸਾਨੂੰ ਪਾਇਓ, ਉਦੋਂ ਲੋਕਾਂ ਨੂੰ ਤੁਸੀਂ ਕਿਹੜਾ ਕਿਹੜਾ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ ਵਾਅਦਾ ਕਰਦੇ ਹੋ? ਵਾਅਦਾ ਮੈਂ ਉਹਨਾਂ ਨੂੰ ਸਿਰਫ ਸੱਚਾਈ ਦੇ ਰਾਹ ਤੇ ਚੱਲਣ ਲਈ ਕਹਿ ਰਹੀ ਹਾਂ। ਮੈਂ ਕੋਈ ਵੋਟਾਂ ਦੇ ਕਰਕੇ ਝੂਠੀ ਕੋਈ ਦਾਅਵੇ ਨਹੀਂ ਕਰ ਰਹੀ, ਮੈਂ ਉਹਨਾਂ ਨੂੰ ਇਹੀ ਕਹਿ ਰਹੀ ਹਾਂ ਕਿ ਜੋ ਤੁਹਾਡੀ ਭੈਣ ਅੱਜ ਤੁਹਾਡੇ ਨਾਲ ਵਾਅਦੇ ਕਰੇਗੀ, ਜਿੱਤਣ ਤੋਂ ਬਾਅਦ ਵੀ ਤੁਹਾਡੀ ਭੈਣ ਇਸੇ ਤਰ੍ਹਾਂ ਤੁਹਾਡੇ ਨਾਲ ਕਾਇਮ ਰਹੇਗੀ, ਨਾ ਕਿ ਮੈਂ ਕੋਈ ਝੂਠਾ ਵਾਅਦਾ ਨਹੀਂ ਕਰੂੰਗੀ। ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਵਾਅਦਾ ਕਰਦੀ ਕਿ ਜਿੱਦਾਂ ਤੁਹਾਡੀ ਭੈਣ ਅੱਜ ਤੁਰੀ ਆ, ਇਸੇ ਤਰ੍ਹਾਂ ਹਰ ਭੈਣ ਹਰ ਗਰੀਬ ਦੀ ਮਦਦ ਲਈ ਇਸੇ ਤਰ੍ਹਾਂ ਤੁਹਾਡੇ ਨਾਲ ਸਹਾਇਤਾ ਕਰੇ। ਮੈਡਮ ਜੀ, ਆਖਰ ਦੇ ਵਿੱਚ ਤੁਸੀਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਟੀਵੀ ਚੈਨਲ ਦੇ ਜ਼ਰੀਏ? ਮੈਂ ਆਪਣੇ ਵੋਟਰਾਂ ਸਪੋਰਟਰਾਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਆਪਣੀ ਕਾਂਗਰਸ ਪਾਰਟੀ ਦਾ ਸਾਥ ਦਿਓ ਤੇ ਵੱਧ ਤੋਂ ਵੱਧ ਆਪਣੀਆਂ ਵੋਟਾਂ ਪੰਜੇ ਨੂੰ ਲਾ ਕੇ ਆਪਣੀਆਂ ਭੈਣਾਂ ਨੂੰ ਕਾਮਯਾਬ ਬਣਾਓ ਤਾਂ ਕਿ ਅਸੀਂ ਤੁਹਾਡੇ ਹੱਕਾਂ ਲਈ, ਆਪਣੇ ਗਰੀਬਾਂ ਦੇ ਲਈ, ਪਿੰਡਾਂ ਦੇ ਜਿਹੜੇ ਵਿਕਾਸ ਦੇ ਕੰਮ ਬਹੁਤ ਹੀ ਰੁਕੇ ਹੋਏ ਹਨ, ਆਪਾਂ ਉਹਨਾਂ ਨੂੰ ਨੇਪਰੇ ਚਾੜ ਸਕੀਏ। ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਭੈਣ ਗੁਰਪ੍ਰੀਤ ਕੌਰ ਦਾ ਸਾਥ ਦਿਓ ਵੱਧ ਤੋਂ ਵੱਧ ਤਾਂ ਕਿ ਤੁਹਾਡੀ ਭੈਣ ਵੀ ਤੁਹਾਡੇ ਨਾਲ ਅੱਗੇ ਤੋਂ ਖੜ ਸਕੇ।